ਝਾੜੀਆਂ ਕੋਲੋਂ ਵੱਡੇ ਆਦਮੀ ਦਿਸਣ ਲੱਗ ਪਏ। ਅੱਲਾਹ ਅਕਬਰ ਯਾ ਇਲੀ ਅੱਕਾ ਅੱਲਾਹ ਅਕਬਰ ਯਾ ਇਲੀ ਨਾਲ ਹੀ ਉਹਨਾਂ ਦੇ ਕੁਲਾੜੀਆਂ ਹੁੰਦੀਆਂ ਸਨ, ਕੁਲਾੜੀਆਂ ਉਹ ਉਛਾਲ ਰਹੇ ਸਨ ਔਰ ਬੜੇ ਮਤਲਬ ਯਾਨੀ ਐਗਰੈਸਿਵ ਸਨ, ਬੜੇ ਗੁੱਸੇ ਵਿੱਚ ਸਨ, ਜਿਸ ਤਰ੍ਹਾਂ ਕਿ ਸਾਨੂੰ ਖਾਈ ਜਾਣਗੇ। ਅਤੇ ਸਾਡੇ ਵਾਸਤੇ ਵੀ ਇੱਕ ਨਵੀਂ ਗੱਲ ਸੀ ਕਿ ਸਦੀਆਂ ਤੋਂ ਅਸੀਂ ਉੱਥੇ ਲੋਕ ਰਹਿ ਰਹੇ ਸਨ ਕਿ ਹੋਇਆ ਕੀ ਹੈ। The Sikhs were heavily outnumbered by Muslims. Their biggest fear was that their women would be taken away, converted, and raped. ਇੱਕ ਮੁਸਲਮਾਨ ਸੀ, ਗੁਲਾਮ ਰਸੂਲ ਉਸਦਾ ਨਾਂ ਸੀ। ਉਸਨੇ ਇੱਕ ਲੜਕੀ ਦੀ ਡਿਮਾਂਡ ਕੀਤੀ ਕਿ ਇੱਕ ਲੜਕੀ ਮੈਨੂੰ ਦੇ ਦਿਓ ਅਤੇ ਅਸੀਂ ਸਾਰੇ ਲੋਕਾਂ ਨੂੰ, ਉਹ ਬਦਮਾਸ਼ ਟਾਈਪ ਦਾ ਆਦਮੀ ਸੀ, ਔਰ ਅਸੀਂ ਸਾਰੇ ਲੋਕਾਂ ਨੂੰ ਇੱਥੋਂ ਹਟਾ ਦਿਆਂਗੇ। The women of the village went into hiding. Bir Bahadur Singh's father decided to act to save the honor of his village. His teenage son looked on. 10 ਸਾਲ ਤੋਂ ਲੈ ਕੇ 40 ਸਾਲ ਦੀ ਤੱਕ ਜਿਹੜੀਆਂ ਸੁਨੱਖੀਆਂ ਸਨ ਸਾਡੇ ਇਲਾਕੇ 'ਚ, ਬੜੀਆਂ ਔਰਤਾਂ ਸੁਨੱਖੀਆਂ ਆਉਂਦੀਆਂ ਸਨ, ਪਹਾੜ ਦਾ ਨੀਮ ਪਹਾੜ ਦਾ ਇਲਾਕਾ ਸੀ। ਅਤੇ ਉਹ ਸਭ ਤੋਂ ਪਹਿਲਾਂ ਆਪਣੇ ਥੋੜ੍ਹਾ ਆਵਾਜ਼ ਮਾਰੀ, ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ, ਮਾਨ ਬੇਟਾ ਆ ਜਾ। ਮੇਰੀ ਭੈਣ ਮਾਨ ਕੌਰ ਜਿਹੜੀ ਸੀ, ਜਿਹੜੀ ਮੇਰੇ ਕੋਲ 2 ਸਾਲ ਵੱਡੀ ਸੀ, 18 ਔਰ 19 ਸਾਲ ਦੀ ਸੀ, ਔਰ ਬੈਠ ਗਈ। ਮੇਰੇ ਪਿਤਾ ਜੀ ਨੇ ਖੰਡਾ ਕਰ ਲਗੇ ਅਤੇ ਉਹ ਵਾਰ ਜਿਹੜਾ ਸੀ ਉਹ ਲੱਗਿਆ ਨਾ, ਵਾਰ ਲੱਗਿਆ ਨਾ, ਰੱਬ ਜਾਣੇ ਮੂੰਹ ਆ ਗਿਆ ਔਰ ਕੀ ਹੋ ਗਿਆ। ਮੇਰੀ ਭੈਣ ਨੇ ਆਪਣੀ ਗੁੱਤ ਐਂ ਕੀਤੀ ਔਰ ਮੇਰੇ ਪਿਤਾ ਜੀ ਨੇ ਬੜੇ ਗੁੱਸੇ ਨਾਲ ਉਹਦਾ ਦੁਪੱਟਾ ਐਂ ਕੀਤਾ ਔਰ ਮੋਰੀ ਕਿਰਪਾਨ ਔਰ ਸਿਰ ਉਹ ਪਰੇ ਸੁੱਟਿਆ। ਉਹਦੇ ਦੋਵੇਂ ਚਾਚਾ ਭਤੀਜਾ ਨੇ, ਮੇਰੇ ਇੱਕ ਹੋਰ ਤਾਇਆ ਜੀ ਵੀ ਉੱਪਰ ਸਨ ਜਿਨ੍ਹਾਂ ਦਾ ਕਾਫੀ ਵੱਡਾ ਸਰੀਰ ਸੀ, ਉਹਨਾਂ ਸਾਰਿਆਂ ਨੇ ਕੱਟਣਾ ਸ਼ੁਰੂ ਕੀਤਾ। ਖੱਟ 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 ਦੀ ਆਵਾਜ਼ ਆਮ ਸੀ। ਮੈਂ ਯਕੀਨ ਜਾਣ ਕੇ ਜਾਂਦਾ, 60 ਸਾਲ ਮੈਨੂੰ ਅੱਜ ਦੀ ਯਾਦ ਹੈ, ਕਿਸੇ ਨੇ ਹਾਈ ਨਹੀਂ ਕੀਤੀ, ਬਸ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹੀ ਹੈ। ਕਿਸੇ ਨੇ ਹਾਈ ਨਹੀਂ ਕੀਤੀ, ਕੋਈ ਨੱਸੀ ਨਹੀਂ, ਕਿਸੇ ਨੇ ਰੋਲਾ ਨਹੀਂ ਪਾਇਆ।